ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਦੀਪਦਮਨ ਟੀਵੀ ਚੈਨਲ ਨਾਲ। ਅੱਜ ਆਪਾਂ ਆਏ ਹਾਂ ਪਿੰਡ ਮੱਲੀਆਂਵਾਲਾ ਵਿਖੇ, ਜਿੱਥੇ ਕਿ ਆਪਾਂ ਨਰੇਗਾ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਇਹਨਾਂ ਦੀਆਂ ਕੁਛ ਮੰਗਾਂ ਨੇ ਜੋ ਕਿ ਇਹ ਸਰਕਾਰ ਅੱਗੇ ਪੇਸ਼ ਕਰਨਾ ਚਾਹੁੰਦੇ ਆ। ਅਸੀਂ ਸਾਡੇ ਇੱਥੇ ਜਾਂ ਦੋ ਹਫ਼ਤਿਆਂ ਜਾਂਦਾ ਤਿੰਨਾਂ ਦਾ ਕੰਮ ਮਿਲਦਾ, ਵੱਧ ਨਹੀਂ ਮਿਲਦਾ। ਤੁਸੀਂ ਕਿੰਨੀ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਕਿ ਕਿੰਨੇ ਦਿਨ ਤੁਹਾਨੂੰ ਕੰਮ ਦਿੱਤਾ ਜਾਣਾ ਚਾਹੀਦਾ? ਸਾਨੂੰ 3 ਮਹੀਨਿਆਂ ਦਾ ਕੰਮ ਮਿਲਣਾ ਚਾਹੀਦਾ, 90 ਦਿਨ ਤਾਂ ਪੂਰੇ ਹੋਣੇ ਚਾਹੀਦਾ। 90 ਦਿਨ ਦਾ ਪੂਰਾ ਉਹਨਾਂ ਨੇ ਕਿਹਾ ਕਿ 90 ਦਿਨ ਦਾ ਹੀ ਤੁਹਾਨੂੰ ਕੰਮ ਦਿੱਤਾ ਜਾਊਗਾ। ਹਾਂਜੀ, ਪਰ ਸਾਡੇ ਪਿੰਡ 'ਚ ਨਹੀਂ ਸਾਨੂੰ ਮਿਲਦਾ। ਫਿਰ ਤੁਸੀਂ ਆਪਦੇ ਪਰਿਵਾਰ ਦਾ ਮਤਲਬ ਖਰਚਾ ਪਾਣੀ ਕਿੱਥੋਂ ਚਲਾਉਂਦੇ ਆ? ਖਰਚਾ ਪਾਣੀ ਕਾਹਦਾ ਚਲਾਉਣਾ ਜੀ, ਬਸ ਆਈ ਦੱਸ ਕਿਤੇ ਲੱਗਦਾ ਕੰਮ ਕਿਤੇ ਨਹੀਂ, ਭੁੱਖੇ ਤੇ ਰਹਿਣ ਵਾਲੀ ਗੱਲ ਨਹੀਂ। ਐਤਕੀ ਤਾਂ ਕਿਸੇ ਨੇ ਝੋਨਾ ਵੀ ਨਹੀਂ ਲਵਾਇਆ ਗਾ। ਬਾਕੀ ਸਾਡੀ ਇਹ ਮੰਗ ਆ, ਕੜਾਹੀਆਂ ਬੱਠਲ ਨਰੇਗਾ ਵਾਲਿਆਂ ਨੂੰ ਮਿਲਦੇ ਆ, ਇਹ ਸਾਨੂੰ ਮਿਲਣੇ ਚਾਹੀਦੇ। ਪਰ ਤੁਹਾਨੂੰ ਕੁਛ ਨਹੀਂ ਪ੍ਰੋਵਾਈਡ ਕੀਤਾ ਗਿਆ? ਕੁਛ ਨਹੀਂ ਮਿਲਿਆ ਗਾ ਸਾਨੂੰ ਤਾਂ, ਰੇੜਾ ਨਹੀਂ ਕੋਈ ਸਰਕਾਰੀ ਦਿੰਦੇ, ਕੋਈ ਆਹ ਕਈਆਂ ਨਹੀਂ ਮਿਲਣਾ, ਕੋਈ ਕੁਹਾੜੀਆਂ ਨਹੀਂ। ਹੁਣ ਘਰਾਂ ਚੋਂ ਅਗਲੇ ਕਿੱਥੋਂ ਲਿਆਉਣ? ਕਿਸੇ ਕੋਲੇ ਪੈਸਾ ਹੈਗਾ, ਕਿਸੇ ਕੋਲੇ ਨਹੀਂ ਲਿਆਉਣ ਨੂੰ। ਗਰੀਬ ਆਦਮੀ ਆਪਾਂ, ਬੱਚੇ ਪੜ੍ਹਦੇ, ਉਹਨਾਂ ਦੀਆਂ ਫੀਸਾਂ ਨਹੀਂ ਪੂਰੀਆਂ ਆਉਂਦੀਆਂ, ਤੇ ਆਪਾਂ ਇਹ ਕਿੱਥੋਂ ਲੈ ਸਕਦੇ? ਇਹ ਜ਼ਰੂਰ ਸਾਡਾ ਕੰਮ ਵੱਧ ਤੋਂ ਵੱਧ ਚੱਲਣਾ ਚਾਹੀਦਾ। ਤੁਹਾਡੀ ਇੱਕ ਦਿਨ ਦੀ ਦਿਹਾੜੀ ਕਿੰਨੀ? ਸਾਡੀ 260 ਰੁਪਏ। ਅਫਸਰ ਆ ਗਿਆ ਮੁੜ ਕੇ ਉਹ ਹਾਜ਼ਰੀ ਕੱਟ ਦਿੰਦੇ ਜਦੋਂ ਬੈਠੀਆਂ ਵੇਖ ਲੈਂਦੇ, ਤੇ ਫਿਰ ਸਾਨੂੰ ਜ਼ਰੂਰੀ ਇਹਨਾਂ ਨੂੰ ਕੰਮ ਤੇ ਅਸੀਂ ਲਾਉਣੇ ਹੀ ਲਾਉਣੇ, ਵਿਚਾਰੀਆਂ ਦੇ ਇਹਨਾਂ ਦਾ ਵੀ ਲਹੂ ਪੀਣੇ। ਜਿਵੇਂ ਮੈਡੀਕਲ ਫੈਸਿਲਿਟੀ ਤੁਹਾਨੂੰ ਮਿਲਦੀ ਹੈ ਵੀ ਜਿਵੇਂ ਕਿਸੇ ਦੇ ਸੱਪ ਵਗੈਰਾ ਲੱਗਦਾ? ਨਾ ਜੀ, ਕੁਛ ਵੀ ਨਹੀਂ ਮਿਲਦਾ ਸਾਨੂੰ। ਸਾਰੀਆਂ ਸਹੂਲਤਾਂ ਜਿੰਨੀਆਂ ਸਾਡੀਆਂ ਨਰੇਗਾ ਵਾਲਿਆਂ ਦੀਆਂ ਉਹ ਸਾਨੂੰ ਮਿਲਣੀਆਂ ਚਾਹੀਦੀਆਂ। ਬਾਕੀ ਸਾਡਾ ਨਰੇਗਾ ਦਾ ਕੰਮ ਖੜਨਾ ਨਹੀਂ ਚਾਹੀਦਾ, ਚੱਲਣਾ ਹੀ ਚਾਹੀਦਾ। 90 ਦਿਨ ਤਾਂ ਸਾਡੇ ਪੂਰੇ ਕਰਨ, ਜਿਹੜੇ 90 ਦਿਨ 90 ਦਿਨ ਵੀ ਨਹੀਂ ਪੂਰੇ ਕਰਾਉਂਦੇ। ਹੁਣ 2 ਹਫ਼ਤੇ ਚਲਾਇਆ, ਹੁਣ ਅਖੇ ਫੇਰ ਬੰਦ ਕਰ ਦੇ। ਬਸ ਅਸੀਂ ਹੁਣ ਫਿਰ ਘਰੇ ਫੇਰ ਲੇਬਰ ਨੂੰ ਬਾਈ, ਹੁਣ ਕੋਈ ਨਰਮੇ ਨੂੰ ਕਹਿੰਦਾ ਨਰਮਾ ਵੀ ਹੁਣ ਲਾਮੀ ਪਿੰਡ ਵਿਚਾਰੀਆਂ ਮਾਈਆਂ ਕਿੱਥੋਂ ਚੁਗ ਲੈਣ? ਸਾਨੂੰ ਵੱਧ ਤੋਂ ਵੱਧ ਕੰਮ ਮਿਲਣਾ ਚਾਹੀਦਾ, ਤੇ ਜਿਹੜੇ ਹੁਣ ਘਰੇ ਬੈਠੇ ਦਵਾਈ ਬੂਟੀ ਵਾਲੇ ਬਜ਼ੁਰਗ, ਉਹਨਾਂ ਦਾ ਵੀ ਨਾਲ ਟਾਈਮ ਪਾਸ ਹੋਣਾ ਚਾਹੀਦਾ ਸਾਡੇ ਨਾਲ। ਅਸੀਂ ਕਹਿੰਦੇ ਕਿ ਉਹਨਾਂ ਨੂੰ ਵੀ ਦਵਾਈ ਬੂਟੀ ਜੋਗੇ ਇੱਥੋਂ ਜਾਂ ਕੋਈ ਭੱਤਾ ਮਿਲਣਾ ਚਾਹੀਦਾ, ਜਿਹੜੇ ਕੋਈ ਨਹੀਂ ਕੰਮ ਕਰ ਸਕਦੇ ਉਹਨਾਂ ਨੂੰ ਘਰੇ ਬੈਠਿਆਂ ਨੂੰ ਵੀ ਭੱਤਾ ਮਿਲਣਾ ਚਾਹੀਦਾ। ਹਾਂਜੀ, ਮਤਲਬ ਰੈਗੂਲਰ ਜਿਹੜੀ ਡਿਊਟੀ ਤੁਹਾਨੂੰ ਦੇਣੀ ਚਾਹੀਦੀ ਆ ਤਾਂ ਕਿ ਤੁਸੀਂ ਆਪਦਾ ਖਰਚਾ ਪਾਣੀ ਵਧੀਆ ਚਲਾ ਸਕੋ ਨਾ, ਕਿਉਂਕਿ ਅੱਜ ਕੱਲ ਫੀਸ ਬੱਚਿਆਂ ਦੀ ਫੀਸਾਂ ਹੀ ਬਹੁਤ ਜ਼ਿਆਦਾ, ਕਿਉਂਕਿ ਹਾਂਜੀ ਹਾਂਜੀ ਅਸੀਂ ਤਾਂ ਵੀ ਸਰਕਾਰੀ ਸਕੂਲਾਂ ਦੇ ਵਿੱਚ ਹੀ ਬੱਚੇ ਪੜ੍ਹਦੇ ਆ ਜੀ। ਅੱਜ ਕੱਲ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫੀਸਾਂ ਹੋ ਚੁੱਕੀਆਂ ਏ, ਕਿਉਂਕਿ ਕਿਤੇ ਕੁਛ ਕਹਿ ਦਿੰਦੇ ਆ ਕਿਤੇ ਕੁਛ। ਦੱਸੋ ਜੀ ਅਸੀਂ ਕਿੱਥੋਂ ਦੇਈਏ ਫੀਸਾਂ? ਅੱਜ ਜਿਹੜੀਆਂ ਡਰੈਸਾਂ ਵਗੈਰਾ ਹਨਾ, ਜਾਂ ਉਹਨਾਂ ਦੀ ਪੜ੍ਹਾਈ ਕਿਤਾਬਾਂ ਵਗੈਰਾ ਲੈਣੀਆਂ? ਹਾਂਜੀ ਹਾਂਜੀ, ਜੇ ਜੋ ਕੋਈ ਗੈਡਾਂ ਕੋਈ ਵਰਦੀਆਂ ਇਕੱਲੀਆਂ ਦਿੰਦੇ ਆ ਜੀ, ਇਕੱਲੀਆਂ, ਤੇ ਹੋਰ ਸਾਰਾ ਕੁਛ ਸਾਨੂੰ ਆਪਦੇ ਕੋਲੋਂ ਹੀ ਲੈ ਕੇ ਦੇਣਾ ਪੈਂਦਾ ਵਾ ਜੀ। ਹੁਣ ਦੱਸੋ ਜੀ ਇੰਨੀ ਮਹਿੰਗਾਈ ਦੇ ਵਿੱਚ ਇਹ ਸਾਰਾ 90 ਦਿਨ ਦਾ ਕੰਮ ਹੁੰਦਾ, ਇਹ 3 ਮਹੀਨਿਆਂ ਦੇ ਵਿੱਚ ਖਤਮ ਹੋ ਜਾਂਦਾ, ਇਹ ਦੱਸੋ ਫਿਰ ਬਾਅਦ ਵਿੱਚ ਅਸੀਂ ਕੀ ਕਰੀਏ? ਸਤਿ ਸ਼੍ਰੀ ਅਕਾਲ ਜੀ। ਮਤਲਬ ਤੁਸੀਂ ਵੀ ਇੱਥੇ ਨਰੇਗਾ ਵਿੱਚ ਕੰਮ ਕਰਦੇ ਹੋ? ਹਾਂਜੀ ਹਾਂਜੀ। ਮਤਲਬ ਤੁਸੀਂ ਹੈਂਡੀਕੈਪ ਦੋ ਹੋਣਾ ਦੇਖ ਸਕਦੇ ਆ ਤੁਹਾਨੂੰ ਵੀ, ਤੁਸੀਂ ਵੀ ਇੱਥੇ ਮਤਲਬ ਐਵੇਂ ਮਜ਼ਦੂਰਾਂ ਵਾਂਗੂ ਕੰਮ ਕਰਦੇ ਆ 3 ਰਾਤ ਨਾ, ਤੇ ਤੁਹਾਨੂੰ ਕਿੱਦਾਂ ਦੀ ਮਤਲਬ ਤਕਲੀਫ ਸਹਿਣੀ ਪੈਂਦੀ ਆ? ਦੇਖੋ ਜੀ, ਤਕਲੀਫ ਤਾਂ ਚਲੋ ਜੋ ਸਰਕਾਰ ਨੇ ਮਨਰੇਗਾ ਸਕੀਮ ਚਲਾਈ ਹੋਈ ਆ ਜੀ, ਚਲੋ ਅਸੀਂ ਮੈਂ ਤੇ ਮੇਰੀ ਮਿਸ ਅਸੀਂ ਦੋਨੇ ਹੀ ਹੈਂਡੀਕੈਪ ਆ ਜੀ। ਬਾਕੀ ਅਸੀਂ ਸਾਡੇ ਜਿਹੜੇ ਮੇਢ ਸਾਹਿਬ ਲੱਗੇ ਹੋਏ ਆ ਇਸ ਨਰੇਗਾ ਦੇ, ਉਹ ਸਾਡਾ ਵੀ ਨਾਂ ਨਰੇਗਾ ਦੇ ਵਿੱਚ ਕਢਵਾ ਦਿੰਦੇ, ਕਿਉਂਕਿ ਅਸੀਂ ਬਿਨਾਂ ਕੰਮ ਤੋਂ ਜਮਾਨਾ ਕਰ ਰਹੇ ਹਾਂ, ਅਸੀਂ ਕੰਮ ਨਹੀਂ ਕਰ ਸਕਦੇ। ਚਲੋ ਇਹਨਾਂ ਦੀ ਮੇਟਾਂ ਦੀ ਬਦੌਲਤ ਹੀ ਅਸੀਂ ਇੱਥੇ, ਚਲੋ ਸਾਨੂੰ ਕੰਮ ਨਹੀਂ ਕਹਿੰਦੇ ਅਸੀਂ, ਚਲੋ ਜੇ ਪਾਣੀ ਲੈ ਕੇ ਪਾ ਦਿੰਦੇ ਸਾਰੀ ਮਜ਼ਦੂਰਾਂ ਨੂੰ, ਇਹਨਾਂ ਨੂੰ ਜਿਹੜੇ ਨਰੇਗਾ ਵਾਲੇ ਆ। ਤੇ ਇੱਕ ਮੈਂ ਨਰੇਗਾ ਦੇ ਤਹਿਤ ਪੰਜਾਬ ਸਰਕਾਰ ਨੂੰ ਅਤੇ ਤੁਹਾਡੇ ਦੀਪ ਦਮਨ ਟੀਵੀ ਚੈਨਲ ਰਾਹੀਂ ਵੀ ਇੱਕ ਬੇਨਤੀ ਕਰਨ ਲੱਗਿਆ ਕਿ ਜਿਹੜੇ ਨਰੇਗਾ ਮਨਰੇਗਾ ਸਕੀਮ ਸਰਕਾਰ ਨੇ ਚਲਾਈ ਹੈ ਜੀ, ਇਹਦੇ ਵਿੱਚ ਸਾਡੇ ਨਰੇਗਾ ਦੇ ਵਿੱਚ ਬਹੁਤ ਕਮੀਆਂ ਜੀ ਸਰਕਾਰ ਨੇ, ਜੋ ਸਾਡੀਆਂ ਅਧੂਰੀਆਂ ਪਈਆਂ ਸਾਡੀਆਂ ਨਹੀਂ ਪੂਰੀਆਂ ਕੀਤੀਆਂ ਜੀ। ਇੱਕ ਤਾਂ ਪਹਿਲੇ ਨੰਬਰ 'ਤੇ ਸਾਨੂੰ ਨਰੇਗਾ ਦੇ ਵਿੱਚ 200 ਦੇ ਮਤਲਬ ਕਿ ਕੰਮ 200 ਦਿਨ ਦਾ ਦਿੱਤਾ ਜਾਵੇ ਜੀ, ਕਿਉਂਕਿ 90 ਦਿਨ ਦਾ ਕੰਮ ਹੈ, ਇਹਨੂੰ 200 ਦਿਨ ਦਾ ਕੰਮ ਦਿੱਤਾ ਜਾਵੇ। ਜਿਹੜੀ ਸਾਨੂੰ 263 ਰੁਪਏ ਦਿਹਾੜੀ ਪੈਂਦੀ ਹੈ ਜੀ, ਇਹ ਸਾਨੂੰ 300 ਰੁਪਇਆ ਦਿਹਾੜੀ ਦਿੱਤੀ ਜਾਵੇ ਜੀ, ਕਿਉਂਕਿ ਸਾਡੇ ਇੱਕ ਪਰਿਵਾਰ ਦਾ ਮੈਂਬਰ ਨਰੇਗਾ ਦੇ ਵਿੱਚ ਕੰਮ ਕਰਦਾ, ਉਹਦੇ ਘਰੇ ਮਾਂ ਪਿਓ ਬਜ਼ੁਰਗ ਵੀ ਆ, ਉਹਨਾਂ ਦੀ ਵੀ ਚਲੋ ਜੇ 300 ਦਿਹਾੜੀ ਹੋਈ ਉਹਨਾਂ ਦੀ ਵੀ ਦੇਖਭਾਲ ਅਸੀਂ ਕਰ ਸਕਦੇ ਹਾਂ ਜੀ। ਤੇ ਨੰਬਰ 3 ਤੇ ਆ ਜੀ ਵੀ ਜਿਵੇਂ ਸਾਡੀ ਲੇਬਰ ਸੂਇਆਂ ਤੇ ਕੰਮ ਕਰਦੀ ਹੈ ਤੇ ਘਾਹ ਬਹੁਤ ਹੁੰਦਾ, ਗੋਡੇ ਗੋਡੇ ਘਾਹ ਹੁੰਦਾ, ਉਹਦੇ ਸੱਪ ਸਲੂਤੀ ਵੀ ਹੁੰਦੀ ਹੈ, ਜੇ ਅਦਰਵਾਈਜ਼ ਕੋਈ ਦੁਰਘਟਨਾ ਵਾਪਰ ਜੇ ਤੇ ਉਹਦੇ ਵਾਸਤੇ ਇਸ ਨਰੇਗਾ ਦੇ ਵਿੱਚ ਕੋਈ ਵੀ ਸਹੂਲਤ ਨਹੀਂ ਗੀ ਜੀ, ਕੋਈ ਫਾਸਟ ਏਡ ਦੀ ਹੈ ਨਹੀਂ ਗੀ ਜੀ। ਨੰਬਰ 2 ਤੇ ਨਾ ਤਾਂ ਇੱਥੇ ਨਰੇਗਾ ਦੇ ਜਿਹੜੇ ਮਜ਼ਦੂਰ ਕੰਮ ਕਰਦੇ ਆ, ਨਾ ਤਾਂ ਕਈਆਂ
263 रुपये दिहाड़ी की लैके उसदे विचों ही कईयां लियांदे उहदे विच कड़ाइयां लियांदे आ ते बाकी ना कोई पानी पीण दी सुविधा है कोई रेहड़े दे मतलब के रेहड़ा है नहीं जी। ये सरकार नूं साडे लई जल्द तो जल्द ये मंगा नरेगा दीआं पूरियां कीतियां जाण ते सानूं रैगूलर दूजे पिंडां नालों रैगूलर सानूं डेली ये 200 दिन का काम दिता जाए। साडी इही बेनती है जी जिहड़े जिन्ने साडे हैंडीकैपां मैं हैंडीकैपां अंगी ना मेरे मैसेज है भी सानूं भी इहदे च इक नरेगा दे विच कि इहो जिहा प्रोवाइड सानूं कीता जावे साडी मतलब कि ਵੀ ਸਾਨੂੰ ਵੀ ਉਹ ਜੀ ਸਹੂਲਤ ਦਿੱਤੀ ਜਾਵੇ ਜਿਹੜੀ ਅਸੀਂ ਫੈਸਿਲਿਟੀਜ਼ ਮਿਲਣੀ ਚਾਹੀਦੀ। ਹਾਂਜੀ ਹਾਂਜੀ ਦੱਸ ਸਾਡੀਆਂ ਇਹੀ ਮੰਗਾਂ ਜੀ। ਹਾਂਜੀ ਜੇ ਆਪਾਂ ਦੇਖ ਸਕਦੇ ਆਂ ਆਪਾਂ ਇਹਨਾਂ ਨੂੰ ਹੁਣ ਹੈ ਕਿ ਜਿਵੇਂ ਹੈਂਡੀਕੈਪ ਦੇ ਆਪ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਮਤਲਬ ਅਲੱਗ ਤੋਂ ਜਿਵੇਂ ਕਿ ਕੋਈ ਨਾ ਕੋਈ ਜੌਬ ਵਗੈਰਾ ਪ੍ਰੋਵਾਈਡ ਕਰਨੀ ਚਾਹੀਦੀ ਹੈ ਤਾਂ ਕਿ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਤੇ ਬਾਕੀ ਆਪਾਂ ਇਹਨਾਂ ਨਾਲ ਗੱਲ ਕਰ ਹੀ ਲਈ ਹੈ ਤੇ ਸਰਕਾਰ ਨੂੰ ਬਸ ਸਾਡੀ ਇਹੀ ਬੇਨਤੀ ਆ ਕਿ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜਲਦ ਤੋਂ ਜਲਦ ਤਾਂ ਕਿ ਆਪਣਾ ਆਪਦੀ ਜ਼ਿੰਦਗੀ ਸੁਖੀ ਤਰੀਕੇ ਨਾਲ ਜੀ ਸਕਣ।